ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮਪੁਰ ਸਵਾਗਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ। ਅੱਜ ਆਪਾਂ ਪਹੁੰਚੇ ਹਾਂ ਆਪਣੀ ਸ਼ਹਿਰ ਪੈਲ ਫਾਰਮ ਟਰੈਕ ਪੱਲਾ ਵਾਲਿਆਂ ਦੀ ਏਜੰਸੀ 'ਤੇ। ਤੁਹਾਨੂੰ ਪਤਾ ਕੱਲ੍ਹ ਵੀ ਇੱਥੇ ਫੰਕਸ਼ਨ ਸੀ, ਉਹ ਮੇਰੇ ਪਿੱਛੇ ਲੱਗਿਆ ਹੋਇਆ ਬੋਰਡ ਉਹਨਾਂ ਦਾ। ਅੱਜ ਇਹਨਾਂ ਨੇ ਇੱਥੇ ਡਿਲੀਵਰੀ ਦਿੱਤੀ ਆ ਵੀਰ ਉਹਨਾਂ ਨੂੰ, ਅਤੇ ਆਪਾਂ ਵੀਰ ਤੋਂ ਫੀਡਬੈਕ ਲੈਂਦੇ ਹਾਂ ਵੀ ਉਹਨਾਂ ਨੂੰ ਫਾਰਮ ਟਰੈਕ ਹੀ ਕਿਉਂ ਪਸੰਦ ਆਇਆ, ਕਿਉਂਕਿ ਮਾਰਕੀਟ ਦੇ ਵਿੱਚ ਤਾਂ ਹੋਰ ਵੀ ਬੜੇ ਟਰੈਕਟਰ ਨੇ। ਜ਼ਿਆਦਾ ਗੱਲਾਂ ਨਾ ਕਰਦੇ ਹੋ, ਕਰਦੇ ਆ ਵੀਰ ਨਾਲ ਗੱਲਬਾਤ। ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਜੇ ਫੇਸਬੁੱਕ 'ਤੇ ਤਾਂ ਫੋਲੋ ਕਰ ਲਓ, ਅਤੇ ਵੀਡੀਓ ਫੁੱਲ ਦੇਖਿਆ ਕਰੋ ਤੁਸੀਂ, ਅੱਧੀ ਕੁ ਦੇਖ ਕੇ ਨਾ ਛੱਡ ਦਿਆ ਕਰੋ, ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਵੀਡੀਓ ਦੇ ਵਿੱਚ ਕੀ ਹਾਸਲ। ਜਾਂ ਤੁਸੀਂ ਮੂਹਰੋਂ ਦੇਖ ਕੇ ਛੱਡ ਦਿੰਦੇ ਹੋ, ਫਿਰ ਉਹਦਾ ਫਾਇਦਾ ਕੋਈ ਨਹੀਂ। ਆ ਜਾਓ ਕਿਹਾ ਫਿਰ। ਹਾਂਜੀ ਦਰਸ਼ਕੋ, ਖੜੇ ਨੇ ਸਾਹਮਣੇ ਵੀਰ ਹੋਣੀ, ਫਾਰਮ ਟਰੈਕ 60 ਇਹਨਾਂ ਨੇ ਲਿਆ। ਤੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਵਧਾਈਆਂ ਤੁਹਾਨੂੰ ਸਾਡੇ ਕਰਨੀਓ। ਵਧਾਈਆਂ ਨਵੇਂ ਟਰੈਕਟਰ ਦੀਆਂ। ਠੀਕ ਹੈ, ਤੁਹਾਡੇ ਘਰੇ ਜਾ ਕੇ ਭਾਗ ਲਾਵੇ, ਆਪਾਂ ਤਾਂ ਇਹੀ ਦੁਆ ਕਰਦੇ ਹਾਂ, ਤਰੱਕੀ ਕਰੋ ਤੁਸੀਂ। ਤੇ ਵੀ ਸਵਾਗਤ ਕਰਦੇ ਹਾਂ ਆਪਣੇ ਨਾਲੇ ਚੈਨਲ 'ਤੇ। ਤੇ ਦਰਸ਼ਕਾਂ ਨੂੰ ਨਾ, ਕਿਸਾਨ ਵੀਰ ਨੂੰ ਆਪਣਾ ਪਿੰਡ ਅਤੇ ਨਾਂ ਦੱਸ ਦਿਓ। ਸਾਡਾ ਜੀ ਪਿੰਡ ਹੈਗਾ ਦੋਲੋਂ ਕਲਾਂ, ਹਾਂਜੀ, ਲੁਧਿਆਣੇ ਦੇ ਕੋਲੇ। ਠੀਕ ਆ ਜੀ। ਤੇ ਨਾਂ ਹੈਗਾ ਮੇਰਾ ਦਵਿੰਦਰ ਸਿੰਘ। ਠੀਕ ਹੈ ਵੀਰ ਜੀ। ਹਾਂਜੀ, ਡੈਡੀ ਦਾ ਨਾਮ ਆ ਸੱਜਣ ਸਿੰਘ, ਸਾਬਕਾ ਸਰਪੰਚ। ਠੀਕ ਹੈ ਵੀਰ ਜੀ। ਅਤੇ ਜੇ ਆਪਾਂ ਗੱਲ ਕਰੀਏ ਵੀਰ ਜੀ, ਫੀਲਡ ਦੇ ਵਿੱਚ ਇਸ ਟਾਈਮ ਬੜੀਆਂ ਕੰਪਨੀਆਂ ਨੇ, ਬਾਹਰਲੀਆਂ ਕੰਪਨੀਆਂ ਵੀ ਨੇ। ਹਾਂਜੀ। ਤੇ ਚਲੋ ਇਹ ਤਾਂ ਸਕੋਟ ਕੰਪਨੀ ਆਪਣੇ ਇੰਡੀਆ ਦੀ ਹੋਈ ਆ। ਹਾਂਜੀ ਹਾਂਜੀ। ਤੇ ਕੱਲ ਵੀ ਇੱਥੇ 7 ਡਿਲੀਵਰੀਆਂ ਦਿੱਤੀਆਂ ਨੇ। ਹਾਂਜੀ। ਤੇ ਤਨੀ ਤੁਹਾਨੂੰ ਕਿਵੇਂ ਪਸੰਦ ਆਇਆ ਟਰੈਕਟਰ, ਵੀ ਆਪਾਂ ਫਾਰਮ ਟਰੈਕ 60 ਕਿਉਂ ਨਾ ਲਿਆ ਜਾਵੇ, ਕਿਉਂਕਿ ਟਰੈਕਟਰ ਤਾਂ ਫੀਲਡ ਦੇ ਵਿੱਚ ਹੋਰ ਵੀ ਬੜੇ ਜ਼ਿਆਦਾ। ਹਾਂਜੀ, ਟਰੈਕਟਰ ਤਾਂ ਬਹੁਤ ਆ ਵੀਰੇ ਵੀਰੇ ਸਾਡੇ 97 ਮਾਡਲ, 1997 ਮਾਡਲ ਫਾਰਮ ਟਰੈਕ ਜਦੋਂ ਆਏ ਸੀਗੇ, ਪਹਿਲਾਂ ਅਸੀਂ ਟਰੈਕਟਰ ਲਿਆ ਸੀ ਪਿੰਡ ਦੇ ਵਿੱਚ। ਅੱਛਾ, ਪਿੰਡ ਦੇ ਵਿੱਚ ਨਹੀਂ, ਫਾਰਮ ਟਰੈਕ ਪਹਿਲਾਂ ਸਾਡੇ ਘਰ। ਹਾਂਜੀ, ਆਪਣੇ ਘਰ ਆਇਆ ਸੀ ਪਹਿਲਾਂ, ਉਹ ਵੀ ਅੰਕਲ ਜੀ ਨੇ ਇਹਨਾਂ ਨੇ ਦਵਾਇਆ ਸੀ ਸਾਨੂੰ। ਠੀਕ ਹੈ ਵੀਰ ਜੀ। ਜਾਨੂੰ ਸਾਨੂੰ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੀ ਆਇਆ ਸੀਗਾ, ਆਲੇ ਦਾਲੇ ਦੇ ਦੇਖਦੇ ਸੀ ਵੀ ਹਾਂ ਵੀ ਇਹਨਾਂ ਦੇ ਘਰੇ ਟਰੈਕਟਰ। ਹਾਂ, ਪਹਿਲਾਂ ਫੋਰਡ ਹੁੰਦਾ ਸੀ, ਬਹੁਤ ਕਰੇਜ਼ ਸੀਗਾ ਉਦੋਂ ਵੀਰੇ। ਹਾਂ ਹਾਂ, ਮੈਸੀ ਵੀ ਆ ਸਾਡੇ ਕੋਲੇ। ਠੀਕ ਆ, 71 ਮਾਡਲ। ਠੀਕ ਆ। ਤੇ ਯਾਨੀ ਸਾਨੂੰ ਪਹਿਲਾਂ ਤੋਂ ਹੀ ਫਾਰਮ ਟਰੈਕ ਨਾਲ ਪਿਆਰ ਬਹੁਤ ਜ਼ਿਆਦਾ ਵਾ। ਠੀਕ ਆ, ਠੀਕ ਆ। ਤੇ ਕਿਉਂਕਿ ਉਸ ਟਾਈਮ ਪਹਿਲਾਂ ਫੋਰਡ 3600 ਬੜਾ ਮਸ਼ਹੂਰ ਹੋਇਆ, ਉਹ ਵੀ ਸਕੋਟ ਕੰਪਨੀ ਦੇ। ਹਾਂਜੀ ਹਾਂਜੀ ਹਾਂਜੀ। ਉਸ ਤੋਂ ਬਾਅਦ ਫਾਰਮ ਟਰੈਕ ਨਵੇਂ ਆਏ ਸੀ, ਉਸ ਟਾਈਮ ਤਾਂ ਚੜਾਈਓ ਬਹੁਤ ਹੀ ਬਹੁਤ ਜ਼ਿਆਦਾ ਵੀਰੇ, ਮੈਂ ਕਹਿੰਦਾ ਬਹੁਤ ਬਲੈਕ 'ਚ ਮਿਲਦੇ ਸੀ। ਹਾਂ ਹਾਂ ਹਾਂਜੀ। ਤੇ ਜੇ ਆਪਾਂ ਗੱਲ ਕਰੀਏ, ਯਾਨੀ 60 ਤਾਂ ਇਹਨਾਂ ਦਾ ਸਾਰਿਆਂ ਨੂੰ ਬੈਸਟ ਟਰੈਕਟਰ ਆ। ਹਾਂਜੀ, ਨਾ ਵੱਡਾ ਨਾ ਛੋਟਾ, ਮੀਡੀਅਮ ਸਾਈਜ਼ ਦਾ ਕਿ ਨਹੀਂ। ਹਾਂਜੀ, ਬੁੱਕਲ ਦਾ ਟਰੈਕਟਰ, ਬੁੱਕਲ ਦਾ ਟਰੈਕਟਰ ਆ। ਹਾਂਜੀ, ਤੇ ਵਧੀਆ। ਤੇ ਜੇ ਆਪਾਂ ਉਦੋਂ ਗੱਲ ਕਰਦੇ ਹਾਂ ਤਾਂ ਤੁਹਾਨੂੰ ਕੀ ਪਸੰਦ ਲੱਗਿਆ ਵੀਰੇ ਦੇ ਵਿੱਚ? ਵੀਰੇ ਹੁਣ ਤਾਂ ਬਹੁਤ ਚੇਂਜ ਕਰਤਾ, ਬਹੁਤ ਜ਼ਿਆਦਾ ਬਹੁਤ ਚੇਂਜ ਹੋ ਗਿਆ ਹੁਣ ਤਾਂ। ਅੱਛਾ, ਬਹੁਤ ਵਧੀਆ ਬਣਾਤਾ ਟਰੈਕਟਰ, ਸਾਨੂੰ ਬਹੁਤ ਵਧੀਆ ਲੱਗਦਾ ਟਰੈਕਟਰ, ਸੋਹਣਾ ਲੱਗਦਾ ਵਾ। ਹਾਂ ਹਾਂ, ਸੋਹਣਾ ਤਾਂ ਹੈ, ਇਹ ਤਾਂ ਹੈ, ਖੂਬਸੂਰਤੀ ਤਾਂ ਬਹੁਤ ਆ ਨਾਲੇ। ਇੱਕ ਗੱਲ, ਇੱਕ ਗੱਲ ਹੋਰ ਆ, ਤੇ ਇਹ ਬਣਿਆ ਪੂਰਾ ਲੋਹੇ ਦਾ ਹੋਇਆ। ਹਾਂਜੀ, ਲੋਹੇ ਦਾ ਹੋਇਆ। ਤੇ ਅੰਕਲ ਜੀ ਨਾਲ ਵੀ ਆਪਾਂ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਵਧਾਈਆਂ ਤੁਹਾਨੂੰ ਵੀ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ। ਤੁਸੀਂ ਆਪਣਾ ਨਾਂ ਤੇ ਆਪਣਾ ਪਿੰਡ ਦੱਸੋ ਜੀ ਇੱਕ ਵਾਰ। ਮੇਰਾ ਨਾਮ ਬਲਦੇਵ ਸਿੰਘ ਆ ਜੀ। ਹਾਂਜੀ, ਮੈਂ 1971-72 ਤੋਂ ਟਰੈਕਟਰ ਗੈਰਜ ਮੇਰਾ ਚੱਲਦਾ ਜੋਧਾ 'ਚ। ਅੱਛਾ ਜੀ। ਅੱਜ ਕੱਲ੍ਹ ਬੇਸ਼ੱਕ ਅਸੀਂ ਫਗਵਾੜੇ ਸ਼ਿਫਟ ਕਰ ਲਿਆ ਮਣਕੂ ਹਾਈਡਰੋਲਿਕ। ਠੀਕ ਆ ਜੀ। ਇਹ ਪਿੰਡ ਨਾਲ ਮੇਰਾ ਪਿਆਰ ਬਹੁਤ ਆ, ਖਾਸ ਕਰ ਇਹ ਪਰਿਵਾਰ ਨਾਲ। ਪਹਿਲਾ ਟਰੈਕਟਰ ਵੀ ਮੈਂ ਹੀ ਦਵਾਇਆ ਸੀ। ਠੀਕ ਆ ਜੀ, ਠੀਕ ਆ। 1971 ਫਿਰ 1997 ਦੇ ਵਿੱਚ ਫਾਰਮ ਟੈਕ ਆਏ ਸੀ। ਹਾਂਜੀ, ਉਹ ਡਬਲ ਕਲੱਚ ਆ। ਠੀਕ ਆ ਜੀ। ਤੇ ਉਹ ਟਰੈਕਟਰ ਚਲਾਉਂਦੇ ਹੋਏ ਇਹਨਾਂ ਨੂੰ ਕੋਈ ਪਸੰਦ ਨਹੀਂ ਆਇਆ ਹੋਰ। ਅੱਛਾ ਜੀ। ਜੌਂਡੀਅਰ ਵੀ ਲੈ ਕੇ ਦੇਖ ਲਿਆ, ਉਹ ਵੀ ਲੈ ਕੇ ਦੇਖ ਲਏ। ਅੱਛਾ, ਯਾਨੀ ਹੋਰ ਰੱਖ ਕੇ ਦੇਖੇ ਨੇ ਟਰੈਕਟਰ, ਇਹਨਾਂ ਨੇ ਪਸੰਦ ਨਹੀਂ ਆਏ ਕੋਈ, ਇਹਨਾਂ ਨੂੰ ਕੋਈ ਪਸੰਦ ਨਹੀਂ ਆਇਆ। ਠੀਕ ਆ ਜੀ, ਠੀਕ ਆ। ਸੈਕੜੋਂ ਮੈਨੂੰ ਇਹਨਾਂ ਨੇ ਬੁਲਾਇਆ, ਮੈਂ ਕਿਹਾ ਵੀ ਨਹੀਂ ਇਹੀ ਲੈਣਾ। ਹਾਂਜੀ ਹਾਂ, ਵੀ
ਵੀ ਇੱਕ ਤਾਂ ਇਹਦੇ ਵਿੱਚ ਮੋਡੀਫਿਕੇਸ਼ਨ ਬਹੁਤ ਕਰਤੀ। ਸਹੀ ਗੱਲ ਹੈ ਜੀ। ਤੇ ਇਹ ਚਲਾਇਆ ਵੀ ਹੋਇਆ ਤੁਹਾਡਾ? ਹਾਂਜੀ। ਇਹ 15 ਸਾਲ ਇੰਜਣ ਵੀ ਨਹੀਂ ਖੁੱਲਦਾ ਹੈਗਾ, ਬੜੀ ਗੱਲ ਕੀ ਆ। ਇੱਕੋ ਵੀ 500 ਘੰਟੇ ਦੀ ਸਰਵਿਸ ਕਰਤੀ ਜੀ। ਹਾਂਜੀ ਹਾਂਜੀ, ਚਾਰ ਸਰਵਿਸਾਂ। ਹਾਂ, ਤੇ ਕੁਝ ਦੇਖਣ ਦੀ ਲੋੜ ਨਹੀਂ। ਹਾਂਜੀ ਹਾਂ, ਬਸ ਇਹੀ। ਵਧੀਆ T20 ਗੇਅਰ ਬਾਕਸ ਦੇ ਨਾਲ ਆਉਂਦਾ ਕਿ ਨਹੀਂ? ਹਾਂਜੀ ਹਾਂਜੀ, ਬਾਕੀ ਜੋ ਚਲੋ ਅਸੈਸਰੀ ਆ ਉਹ ਤਾਂ ਦੇਣੀ ਦੇਣੀ ਆ, ਇਹਦੇ 'ਚ ਖੂਬੀਆਂ ਬਹੁਤ ਕਰਦੇ। ਹਾਂਜੀ ਹਾਂ, ਇਹ ਤਾਂ ਹੈ, ਖੂਬੀਆਂ ਤੁਹਾਨੂੰ ਦੱਸ ਕੇ ਤੋਰਿਆ। ਸੁਪਰ ਸੀਟਰ ਲਈ ਬੈਸਟ ਟਰੈਕਟਰ ਆ ਇਹ। ਹਾਂਜੀ ਹਾਂ। ਤੇ ਹੋਰ ਕੁਝ ਲਈ ਕਹਿਣਾ ਚਾਹੋਗੇ ਫਾਰਮ ਟਰੈਕਟਰ ਲਈ? ਨਹੀਂ, ਮੈਂ ਤਾਂ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਕਹਿਣਾ ਚਾਹੂੰਗਾ, ਹਾਂਜੀ, ਬਈ ਤੁਸੀਂ ਦੇਖੋ ਦੇਖਣਾ ਟਰੈਕਟਰ। ਚਲੋ ਮੈਂ ਕਿਸੇ ਨੂੰ ਨਿੰਦਦਾ ਨਹੀਂ ਗਾ। ਹਾਂਜੀ ਹਾਂਜੀ, ਮੈਂ ਦੇਖਦਾ ਵੀ ਤੁਸੀਂ ਸਾਰੇ ਚਲਾ ਕੇ ਦੇਖੋ, ਤੁਸੀਂ ਪਿੰਡ ਦੇ ਵਿੱਚ ਦੇਖੋ। ਹਾਂਜੀ, ਉਹ ਲਵੋ ਜਿਹਦੇ 'ਚ ਤੁਹਾਡਾ ਖਰਚਾ ਵੀ ਘੱਟ ਆਵੇ, ਹਾਂ, ਤੇ ਬਾਕੀ ਤੁਹਾਡਾ ਕੰਮ ਵੀ ਵੱਧ ਹੋਵੇ। ਸਹੀ ਗੱਲ ਆ ਜੀ। ਮੈਂ ਤਾਂ ਇਹੀ ਮਕੈਨਿਕ ਵਜੋਂ ਮੈਂ ਰਹਿ ਦਿੰਦਾ ਸਾਰੇ ਜ਼ਿਮੀਂਦਾਰ ਭਰਾ। ਹਾਂਜੀ ਹਾਂਜੀ, ਦਰਸ਼ਕੋ ਕਿਸਾਨ ਵੀਰ ਤੁਹਾਨੂੰ ਦੱਸ ਦਈਏ, ਅੰਕਲ ਜੀ ਮਕੈਨਿਕ ਰਹੇ ਨੇ, ਇਹਨਾਂ ਦੀ ਬਹੁਤ ਵੱਡੀ ਵਰਕਸ਼ਾਪ ਸੀ, ਯਾਨੀ ਇਹ ਇਹਨਾਂ ਦੀ ਰਾਏ ਇੱਕ ਮੰਨ ਲਾ ਤੁਹਾਡੀ ਸੁਣਨ ਵਾਲੀ ਗੱਲ ਆ। ਹਾਂਜੀ, ਯਾਨੀ ਤੁਸੀਂ ਇਹੀ ਰਿਕਮੈਂਡ ਕਰਦੇ ਹੋ ਜੀ, ਯਾਨੀ ਵਧੀਆ ਟਰੈਕਟਰ ਹੈ? ਬਸ ਵਧੀਆ ਟਰੈਕਟਰ ਹੈ, ਦੇਖੋ ਦੇਖਣਾ ਲਵੋ, ਚਲਾ ਕੇ ਦੇਖੋ, ਹਾਂਜੀ, ਦੇ ਵਿੱਚ ਦੇਖੋ, ਖਰਚਾ ਦੇਖੋ। ਹਾਂਜੀ, ਮੈਂ ਤਾਂ ਇਹ ਕਹੂੰਗਾ ਵੀ ਬਾਹਲੀ ਵੱਡੀ ਦੂਜੀ ਮਸ਼ੀਨਰੀ ਬਣਾ ਲਵੋ, ਜਿਹੜੀ ਪਿੱਛੇ ਪਾਉਂਦੇ ਆਪਾਂ। ਹਾਂਜੀ, ਚਾਹੇ ਰੋਟਾਵੇਟਰ ਹੋਇਆ, ਹਾਂਜੀ, ਚਾਹੇ ਹੋਰ ਟਰਾਲੀਆਂ ਬਹੁਤ ਵੱਡੀਆਂ ਵੱਡੀਆਂ ਬਣਾਈ ਫਿਰਦੇ ਨੇ। ਹਾਂਜੀ, ਉਹ ਆਪਦੀ ਮਸ਼ੀਨਰੀ ਦਾ ਸੱਤਿਆਨਾਸ ਨਾ ਕਰੋ, ਦੇਖੋ ਦੇਖ ਜੀ ਆਪਦੀ ਦੇਖੋ ਦੇਖਣਾ ਕਰੋ, ਚਲਾਓ ਵਰਤੋ, ਤੇ ਉਹ ਸੋਨਾ ਹੀ ਆ ਜੇ ਤੁਸੀਂ ਵਰਤ ਕੇ ਦੇਖੋਗੇ ਉਹਨੂੰ। ਬੁੱਕਲ ਦੀਆਂ ਚੀਜ਼ਾਂ ਲੋਡ ਰਹਿੰਦੀਆਂ ਚੀਜ਼ਾਂ, ਜਿਵੇਂ ਚਲਾਇਆ ਇਹਨਾਂ ਦਾ ਪਹਿਲਾਂ ਸਤਾਨ ਮਾਲ ਉਹ ਵੀ ਮੈਂ ਹੀ ਦਬਾਇਆ ਸੀ। ਹਾਂਜੀ, ਪਹਿਲਾ ਡਬਲ ਕਲਾ ਟਰੈਕਟਰ ਆਇਆ ਸੀ ਜਿਹੜਾ ਇਹਨਾਂ ਨੂੰ ਮਿਲਿਆ ਸੀ। ਠੀਕ ਆ ਜੀ, ਬਸ ਉਹ ਚਲਾਇਆ। ਵੀਰ ਨਾਲ ਮੈਂ ਗੱਲ ਕਰੀ, ਇਹਨਾਂ ਨੇ ਟਰਾਲੀ ਵੀ ਲੈਣੀ ਆ, ਇਹ ਕਹਿੰਦਾ ਟਰਾਲੀ ਵੀ ਆਪਾਂ 12-13 ਫੁੱਟ ਹੋ ਲੈਣੀ ਆ, ਆਪਾਂ ਵੱਡੀਆਂ ਨਹੀਂ ਲੈਣੀਆਂ। ਮੈਂ ਵੀ ਇਹਨੂੰ ਇਹੀ ਕਹਿਣਾ ਵੀ ਉਹ ਤਾਂ ਐਵੇਂ ਵਾਧੂ ਜਿੰਨੀ ਮਰਜ਼ੀ ਵੱਡੀ ਲਈ ਜਾਓ। ਹਾਂਜੀ ਹਾਂਜੀ, ਉਹਦਾ ਕੋਈ ਫਾਇਦਾ ਨਹੀਂ ਹੈਗਾ, ਤੁਹਾਡੇ ਖਰਚੇ ਹੀ ਵਧਾਓ। ਸਹੀ ਗੱਲ ਆ ਜੀ। ਹਾਂਜੀ, ਕੋਈ ਵੀ ਚੀਜ਼ ਆ ਬਿੱਤ ਦੇ ਅਨੁਸਾਰ ਹੀ ਚੱਲਦੀ ਆ। ਹਾਂਜੀ ਹਾਂ, ਬਾਕੀ ਇਹ ਆ ਇਹਨੂੰ ਹੁਣ ਤੇਲ ਤੂਲ ਦਾ ਖਾਸ ਖਿਆਲ ਰੱਖਣਾ, ਜਿਵੇਂ ਆਪਾਂ ਮੱਝਾਂ ਨੂੰ ਵਧੀਆ ਫੀਡ ਦੇਵਾਂਗੇ, ਵਧੀਆ ਦੁੱਧ ਦਊ। ਸਹੀ ਗੱਲ ਆ ਜੀ। ਉਹੀ ਇਹਨਾਂ ਨੂੰ ਵਧੀਆ ਤੇਲ ਪਾਵਾਂਗੇ, ਟਾਈਮ ਸਿਰ ਸਰਵਿਸ ਕਰਾਵਾਂਗੇ, ਹਾਂਜੀ, ਉਹੀ ਸਰਵਿਸ ਵੱਧ ਦਊ ਆਪਾਂ। ਸਹੀ ਗੱਲ ਆ ਜੀ, ਆਪਾਂ ਹੁਣ ਧੱਕਾ ਕਰਾਂਗੇ ਚੀਜ਼ ਨਾਲ, ਬੜੀਆਂ ਪਾ ਕੇ ਕੁਛ ਵੀ ਆ, ਚਾਹੇ ਕਿਸੇ ਨਾਲ ਰੀਲਾਂ ਬਣਾਉਣੀਆਂ ਨੇ, ਬਸ ਬਸ ਵੀਡੀਓ ਬਣਾਉਣੀਆਂ ਨੇ, ਫੇਰ ਤਾਂ ਖਰਾਬ ਹੋਣਾ ਹੀ ਹੋਣਾ, ਕੋਈ ਫਾਇਦਾ ਨਹੀਂ, ਉਹ ਤਾਂ ਪੈਸੇ ਦਾ ਵੀ। ਨਾਲੇ ਆਪਾਂ ਕਿਸਾਨ ਵੀਰਾਂ ਨੂੰ ਹੋਰ ਕਹਿਣਾ ਚਾਹੁੰਦੇ, ਦੇਖੋ ਇੱਕ ਮੁੰਡਾ ਆਪਣੇ ਪੰਜਾਬ 'ਚ ਮਰ ਗਿਆ, ਹਾਂਜੀ, ਜਿਹੜਾ ਸਟੰਟ ਕਰਦਾ ਸੀ, ਇੱਕ ਹਰਿਆਣੇ 'ਚ ਮਰ ਗਿਆ, ਮਰਦੇ ਆ ਜੀ। ਇਹ ਮਸ਼ੀਨਰੀ ਨਾਲ ਸਟੰਟ ਨਾ ਕਰੋ, ਇਹ ਖੱਤੇ ਦੇ ਵਿੱਚ ਵਾਹੀ ਕਰਨ ਵਾਲੀ, ਕੰਮ ਕਰਨ ਵਾਲੀ ਚੀਜ਼ਾਂ, ਖੇਤੀਬਾੜੀ ਲਈ ਬਣੀ ਆ, ਇਹ ਸਟੰਟ ਕਰਨ ਲਈ ਨਹੀਂ ਬਣੀ ਹੈਗੀ। ਜੇ ਦੇਖਦੇ ਆ ਕਈ ਵੀਡੀਓ ਆਉਂਦੀਆਂ ਨੇ, ਮੁੰਡੇ ਟੈਕਟ ਤਾਹਾਂ ਚੱਕਦੇ ਨੇ ਜੀ, ਉਹ ਦੋ ਮੁੰਡੇ ਮਰ ਗਏ ਜੀ। ਮੈਂ ਤਾਂ ਮੇਲੇ ਵਾਲਿਆਂ ਨੂੰ ਵੀ ਕਹੂੰਗਾ ਵੀ ਤੁਸੀਂ ਇਹਨਾਂ ਦੇ ਟੋਚਨ ਨਾ ਕਰਾਓ, ਠੀਕ ਹੈ ਜੀ, ਬਲਦਾਂ ਦੇ ਕਰਾਓ, ਪਤਾ ਲੱਗੇ ਕਿਹਦੀ ਖੁਰਾਕ ਜ਼ਿਆਦਾ। ਸਹੀ ਗੱਲ ਹੋਈ ਆ। ਹਾਂਜੀ ਹਾਂ, ਤੁਸੀਂ ਇਹ ਮਸ਼ੀਨਰੀ ਇਹਦੇ ਕੀ ਆ, ਹਾਂਜੀ, ਇਹਦੇ ਤੇ ਹਾਰਸ ਪਾ ਤਵੀਆਂ ਦੇ ਕਰਾਉਂਦੇ ਨੇ ਜੀ, ਬਹੁਤ ਖਤਰਾ, ਰਿਸਕ ਬਹੁਤ ਆ ਜੀ। ਤਵੀਆ ਜਿਹੜਾ ਪਹਿਲਾਂ ਲੈ ਗਿਆ ਉਹ ਤਾਂ ਘੁਮਾ ਕੇ ਲੈ ਗਿਆ, ਹਾਂਜੀ, ਉਸ ਤੋਂ ਬਾਅਦ ਵੱਢੀ ਜਾਂਦੀ ਆ ਜ਼ਮੀਨ। ਸਹੀ ਗੱਲ ਆ, ਉਹ ਕਿੱਡਾ ਵੀ ਟਰੈਕਟਰ ਹੋਵੇ ਉਹਨੇ ਪਿੱਛੇ ਹੀ ਰਹਿ ਜਾਣਾ। ਸਹੀ ਗੱਲ ਆ ਜੀ, ਸਹੀ ਗੱਲ ਆ, ਮੈਂ ਇਹ ਰਹਿ ਨਹੀਂ ਦਿੰਦਾ। ਹਾਂਜੀ, ਯਾਨੀ ਇਹ ਚੀਜ਼ਾਂ ਆਪਣੇ ਖੇਤ 'ਚ ਵਰਤਣ ਵਾਲੀਆਂ ਨੇ, ਵਰਤਣ ਵਾਲੀਆਂ ਨੇ, ਟੌਰ ਟੱਪੇ ਲਈ ਨਹੀਂ ਹੈਗੀ, ਨਾ ਸਟੰਟ ਕਰਨ ਵਾਲੀਆਂ ਨੇ। ਨਹੀਂ, ਬਸ ਮੈਂ ਤਾਂ ਇਹੀ ਰਹਿ ਦਊਂ, ਮੈਂ ਵੀ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਵੀ ਵੀਰੇ ਇਹਦੇ ਨਾਲ ਸਟੰਟ ਨਾ ਕਰੋ, ਇਹ ਸਟੰਟ ਵਾਲੀ ਚੀਜ਼ ਨਹੀਂ ਹੈਗੀ। ਦੋ ਆਪਣੇ ਜਵਾਨ ਮੁੰਡੇ ਮਰ ਗਏ। ਹਾਂਜੀ ਹਾਂਜੀ, ਦੇਖੋ ਉਹਦਾ ਨਵਾਂ ਵਿਆਹ ਹੈ ਮੁੰਡਾ ਸੀ, ਪਿੱਛੇ ਪਰਿਵਾਰ ਸੀ, ਬੜਾ ਔਖਾ ਹੋ ਜਾਂਦਾ ਜੀ। ਹਾਂਜੀ ਹਾਂਜੀ, ਤੇ ਆ ਵੀਰੇ ਤੂੰ ਮਾੜਾ ਜਿਹਾ ਤੁਸੀਂ ਕੁਛ ਲਾਸਟ ਤੇ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦੇ ਹੋ? ਦੇਖੋ ਵੀਰੇ, ਅਸੀਂ ਤਾਂ ਬਸ ਇਹੀ ਕਹਿੰਦੇ ਹਾਂ ਵੀ ਫਾਰਮ ਟਰੈਕ 60 ਟਰੈਕਟਰ ਬਿਹਤਰ ਆ ਸਾਰਿਆਂ ਨਾਲੋਂ ਖੇਤੀ ਨੂੰ, ਵਧੀਆ, ਠੀਕ ਆ, ਹਾਂ, ਸਾਡਾ ਚਲਾਇਆ ਹੋਇਆ ਸਾਨੂੰ ਵਧੀਆ ਲੱਗਦਾ ਵਾ। ਅੱਛਾ, ਵੀ ਇਹਦੇ ਨਾਲ ਦਾ ਕੋਈ ਟਰੈਕਟਰ ਹੈ ਨਹੀਂ। ਠੀਕ ਆ ਵੀਰੇ, ਹਾਂ,
ਬੁੱਕਲ ਦਾ ਟਰੈਕਟਰ ਆ, ਬਾਲਾ ਵੀ ਵੱਡਾ ਵੀ ਹੈ ਨੀਗਾ, ਬੁੱਕਲ ਦਾ ਟਰੈਕਟਰ ਆ ਜਾਣਾ। ਯਾਨੀ ਹੋਰ ਕੋਈ ਨਵੀਂ ਪੀੜ੍ਹੀ ਨੂੰ ਕੋਈ ਸੁਨੇਹਾ ਵੀ ਸਟੰਟ ਸਟੰਟ ਜਿਹੜੀ ਕਰਦੀ ਆ? ਹਾਂ ਵੀਰੇ ਉਹ ਬੰਦ ਕਰ ਦਿਓ, ਕੀ ਫਾਇਦਾ ਨੁਕਸਾਨ ਆਪਣਾ ਹੀ ਆ ਉਹਦੇ। ਹਾਂ ਤੇ ਸਰਕਾਰ ਨੂੰ ਵੀ ਚਾਹੀਦਾ ਨਾ ਤੇ ਬੈਨ ਲੱਗੇ। ਸਰਕਾਰ ਨੇ ਤਾਂ ਕਰਤਾ ਬੈਨ। ਹਾਂਜੀ ਹਾਂ ਹਾਂ ਭਗਵੰਤ ਮਾਨ। ਹਾਂਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਆਪਣੇ ਨਾਲ ਗੱਲਬਾਤ ਕਰਨ ਲਈ ਕਿਸਾਨ ਵੀਰਾਂ ਨਾਲ, ਤੇ ਥੈਂਕ ਯੂ ਵੈਰੀ ਮੱਚ। ਹਾਂਜੀ ਕਿਸਾਨ ਵੀਰੋ, ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜੀ, ਫੇਸਬੁੱਕ 'ਤੇ ਉਹਦਾ ਫੋਲੋ ਕਰਨਾ ਤੇ ਵੀਡੀਓ ਫੁੱਲ ਦੇਖਿਆ ਕਰੋ ਤੁਸੀਂ, ਅੱਧੀ ਕੁ ਦੇਖ ਕੇ ਨਾ ਛੱਡ ਦਿਆ ਕਰੋ, ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਵੀਡੀਓ ਦੇ ਵਿੱਚ ਕੀ ਹਾਸਲ। ਜਾਂ ਤੁਸੀਂ ਮੂਹਰੇ ਦੇਖ ਕੇ ਛੱਡ ਦਿੰਦੇ ਹੋ ਫਿਰ ਉਹਦਾ ਫਾਇਦਾ ਕੋਈ ਨਹੀਂ। ਅਤੇ ਅੰਕਲ ਨੇ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਆ, ਇੱਦਾਂ ਦਾ ਜਾਣਕਾਰ ਬੰਦੇ ਆਪਾਂ ਅੰਕਲ ਦੀ ਵਰਕਸ਼ਾਪ 'ਤੇ ਵੀ ਜਾ ਕੇ ਵੀਡੀਓ ਬਣਾਵਾਂਗੇ। ਅਤੇ ਚਲੋ ਆਪਾਂ ਸਮਾਪਤ ਕਰਦੇ ਹਾਂ ਵੀਡੀਓ, ਹੁਣ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਵਿੱਚ, ਟਾਈਮ ਆਪਣੇ ਕੋਲ ਵੀ ਘੱਟ ਆ, ਅਤੇ ਮਿਲਾਂਗੇ ਹੋਰ ਵੀਡੀਓ ਵਿੱਚ। ਧੰਨਵਾਦ।